ਧਰਮਸ਼ਾਲਾ ਦੇ ਵਿੱਚ ਇੱਕ ਪੰਜਾਬ ਦੀ IPL ਟੀਮ ਦਾ ਇੱਕ ਮੈਚ ਸੀਗਾ। ਕੁਦਰਤੀ ਮੈਂ ਵੀ ਉਸ ਵੇਲੇ ਧਰਮਸ਼ਾਲਾ ਗਿਆ ਹੋਇਆ ਸੀਗਾ ਤੇ ਮੈਂ ਉੱਥੋਂ ਦੇ ਜਿਹੜੇ ਆਫੀਸ਼ੀਅਲਸ ਨੇ ਪੰਜਾਬ ਦੇ ਟੀਮ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਚ ਦੇਖਣ ਲਈ ਆਓ। ਤਾਂ ਮੈਂ ਉਹ ਮੈਚ ਦੇਖਣ ਲਈ ਜਦੋਂ ਗਿਆ ਤਾਂ ਮੈਨੂੰ ਉੱਥੇ ਇੱਕ ਪਲੇਅਰ ਮਿਲਿਆ। ਇਹ ਗੱਲ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਚੁੱਕਿਆ ਪਹਿਲਾਂ ਕਿ ਉਹਨੇ ਕਿਹਾ ਕਿ ਮੈਂ ਅਫਸਰੀ ਦਾ ਟੈਸਟ ਦਿੱਤਾ ਸੀ, UPSC ਦਾ, ਪਬਲਿਕ ਸਰਵਿਸ ਕਮਿਸ਼ਨ ਦਾ, PPSC ਦਾ। ਪਰ ਮੈਨੂੰ ਸਾਰੇ ਪਾਸਿਓਂ ਬਿਲਕੁਲ ਮੈਂ ਠੀਕ ਸੀ। ਮੈਂ ਉਹਦਾ ਪਲੇਅਰ ਦਾ ਨਾਮ ਦੱਸ ਦੇਣਾ ਚਾਹੁੰਦਾ, ਜਸਇੰਦਰ ਸਿੰਘ। ਇਹ ਕਿੰਗਜ਼ 11 ਪੰਜਾਬ ਦੇ ਵਿੱਚ ਇਹਦੀ ਸ਼ਮੂਲੀਅਤ ਹੈ। ਹਾਲਾਂਕਿ ਪਲੇਇੰਗ 11 'ਚ ਮੌਕਾ ਨਹੀਂ ਮਿਲਿਆ, ਪਰ ਪਲੇਅਰ ਜਿਹੜੇ ਨੇ ਜਿਹੜੇ ਬੈਂਚ ਸਟਰੈਂਥ ਹੁੰਦੀ ਹੈ ਉਹਦੇ ਵਿੱਚ ਹੈ। ਸੋ ਹੌਲੀ ਹੌਲੀ ਪਲੇਇੰਗ 11 ਦੇ ਵਿੱਚ ਵੀ ਆ ਜਾਊਗਾ। ਜਸਇੰਦਰ ਇੱਕ ਡਾਇਰੈਕਟ ਨਹੀਂ ਚੁਣਿਆ ਗਿਆ, ਜਸਇੰਦਰ ਨੇ ਸਪੋਰਟਸ ਡਿਪਾਰਟਮੈਂਟ ਨੇ ਆਪ ਲਿਖਿਆ ਕਿ ਬਹੁਤ ਵਾਰੀ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਕ੍ਰਿਕਟ ਦੇ ਵਿੱਚ। ਉਹਦੇ 'ਚ ਵਿਜੇ ਮਰਚੈਂਟ ਟਰੋਫੀ ਹੈ, ਉਹਦੇ 'ਚ ਕੂਚ ਬਿਹਾਰ ਟਰੋਫੀ ਹੈ, ਕਰਨਲ CK ਨਾਇਡੂ ਟਰੋਫੀ ਹੈ, ਮੈਨਸ ਅੰਡਰ 23 ਇੰਟਰਸਟੇਟ, ਇਹ ਵਨ ਡੇ ਮੈਚਾਂ ਦੇ ਵਿੱਚ ਵੀ, ਅਤੇ ਇਸ ਤੋਂ ਇਲਾਵਾ ਇੰਟਰਸਟੇਟ ਸੀਨੀਅਰ ਟੂਰਨਾਮੈਂਟ 'ਚ ਰਣਜੀ ਟਰੋਫੀ ਡਿਊਰਿੰਗ ਕ੍ਰਿਕਟ ਸੀਜ਼ਨ 21-22 ਇਹ ਪ੍ਰਾਪਤੀਆਂ ਨੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੂਰਾ ਡਾਟਾ ਇਹਦਾ ਹੈਗਾ ਕਿ ਇਹਨੇ 2010 ਅਤੇ 2011 'ਚ ਅੰਡਰ 16 'ਚ ਇਹਨੇ ਪੰਜਾਬ ਨੂੰ ਰੀਪ੍ਰਜੈਂਟ ਕੀਤਾ। ਕੂਚ ਬਿਹਾਰ ਦੇ ਵਿੱਚ 14-15 'ਚ, ਅੰਡਰ 19 'ਚ ਕੀਤਾ, ਅੰਡਰ 23 'ਚ ਕੀਤਾ, ਅੰਡਰ 23 'ਚ ਫਿਰ ਦੂਜੀਆਂ ਟਰੋਫੀਆਂ ਜਿਹੜੀਆਂ ਹੁੰਦੀਆਂ ਨੇ ਡੋਮੈਸਟਿਕ ਟੂਰਨਾਮੈਂਟ ਹੁੰਦੇ ਨੇ। ਸੋ ਇੰਟਰਸਟੇਟ ਸੀਨੀਅਰ ਟੂਰਨਾਮੈਂਟ ਫੋਰ ਰਣਜੀ ਟਰੋਫੀ ਡਿਊਰਿੰਗ 22-23। ਸਪੋਰਟਸ ਡਾਇਰੈਕਟੋਰੇਟ ਪੰਜਾਬ ਦਾ ਸਰਟੀਫਿਕੇਟ ਹੈ ਜਿਹਦੇ 'ਚ ਜਸਇੰਦਰ ਨੂੰ ਜਿਹੜਾ ਕ੍ਰਿਕਟ ਦੇ ਵਿੱਚ ਗ੍ਰੇਡੇਸ਼ਨ ਬੀ ਗ੍ਰੇਡੇਸ਼ਨ ਦਿੱਤੀ ਹੋਈ ਹੈ ਪੰਜਾਬ ਸਟੇਟ ਨੇ। ਆਹ ਰੋਲ ਨੰਬਰ ਇਹਦਾ ਜਿਸ ਵੇਲੇ ਐਗਜ਼ਾਮ ਦੇਣਾ ਸੀ, ਰੋਲ ਨੰਬਰ 'ਤੇ ਬਕਾਇਦਾ ਤੌਰ 'ਤੇ ਲਿਖਿਆ ਹੋਇਆ ਜਸਇੰਦਰ ਸਿੰਘ ਵੈਦਵਾਨ, ਫਾਦਰਸ ਨੇਮ ਮਨਜਿੰਦਰ ਸਿੰਘ, ਕੈਟੇਗਰੀ ਸਪੋਰਟਸ ਪਰਸਨ ਪੰਜਾਬ, ਬ੍ਰੈਕਟ ਦੇ ਵਿੱਚ 75, ਇਹ ਸਪੋਰਟਸ ਦਾ ਕੋਡ ਹੈ। ਇਹ ਉਹਦਾ ਰੋਲ ਨੰਬਰ ਦਾ ਆਈ ਕਾਰਡ ਹੈ ਜਿਹਨੂੰ ਦਿਖਾ ਕੇ ਐਗਜ਼ਾਮ ਦਿੱਤਾ ਜਾਂਦਾ ਅੰਦਰ ਐਗਜ਼ਾਮੀਨੇਸ਼ਨ ਸੈਂਟਰ 'ਚ ਤੁਸੀਂ ਪਹੁੰਚਦੇ। ਤਾਂ ਜਸਇੰਦਰ ਨੇ ਮਿਹਨਤ ਕੀਤੀ, ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਮਿਹਨਤ ਕੀਤੀ, ਤਾਂ ਰਿਜ਼ਲਟ ਆਇਆ 198.5 ਨੰਬਰ ਆਏ। ਅਤੇ ਜਿਹੜਾ ਸਪੋਰਟਸ ਪਰਸਨ ਪੰਜਾਬ ਦਾ ਕੈਟੇਗਰੀ ਕੋਡ 75 ਦਾ ਕੱਟ ਆਫ ਮਾਰਕਸ ਨੇ ਘੱਟ ਤੋਂ ਘੱਟ 132.5 ਨੇ, ਫੋਰ ਫੀਮੇਲ ਇਸ 131.5, ਬਟ ਪੇਪਰ ਦਵਾਇਆ ਗਿਆ ਸਪੋਰਟਸ ਕੋਟੇ 'ਚ, ਰਿਜ਼ਲਟ ਦੇ ਵਿੱਚ ਕੱਢਿਆ ਗਿਆ ਜਨਰਲ 71। ਜੇ ਸਪੋਰਟਸ ਦੇ ਵਿੱਚ ਇਸੇ ਰਿਜ਼ਲਟ ਨੂੰ ਕਾਊਂਟ ਕੀਤਾ ਜਾਵੇ ਤਾਂ ਹੀ ਇਜ਼ ਅ ਟੋਪਰ, ਇਹਨੇ 198.5 ਨੰਬਰ ਲਏ ਨੇ। ਪਰ ਜਨਰਲ ਦੇ ਵਿੱਚ ਕਿਉਂਕਿ ਕੱਟ ਆਫ ਜ਼ਿਆਦਾ ਹੈ ਤਾਂ ਦਿਲ ਟੁੱਟ ਗਿਆ, ਦਿਲ ਟੁੱਟ ਗਿਆ ਤਾਂ ਮਿਨਿਸਟਰਾਂ ਕੋਲ ਜਾਣਾ ਸ਼ੁਰੂ ਹੋ ਗਿਆ। ਚੀਫ ਮਿਨਿਸਟਰ ਸਾਹਿਬ ਕੋਲ ਗਏ ਉਸ ਵੇਲੇ ਦੇ ਕੈਪਟਨ ਅਮਰਿੰਦਰ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਜੀ ਦੇ ਜਿਹੜੇ OSDC ਕੌਣ ਸੀ, MP ਸਿੰਘ, ਉਹਨਾਂ ਨੇ ਸਾਰਾ ਕੇਸ ਕੈਪਟਨ ਸਾਹਿਬ ਨੂੰ ਪੜ੍ਹ ਕੇ ਸੁਣਾਇਆ। ਮੈਂ ਤੁਹਾਨੂੰ ਵਰਡ ਬਾਈ ਵਰਡ ਸੁਣਾਊਂਗਾ ਸਾਰਾ ਕੁਛ, ਮੈਂ ਝੂਠ ਨਹੀਂ ਬੋਲਦਾ, ਮੈਂ ਬਿਨਾਂ ਕਿਸੇ ਸਬੂਤ ਤੋਂ ਗੱਲ ਨਹੀਂ ਕਰਦਾ।
ਤਾਂ ਉਹ ਕਹਿੰਦੇ ਜੀ ਕ੍ਰਿਕਟ ਨੂੰ ਤਾਂ ਸਪੋਰਟਸ ਹੀ ਨਹੀਂ ਮੰਨਦੇ ਸੀ ਐਮਪੀਸੀ ਜਿਹੜੇ ਡਿਪਾਰਟਮੈਂਟ ਵਾਲਿਆਂ ਨੇ ਕਿਹਾ ਪੀਪੀਐਸਸੀ ਕਹਿੰਦੇ ਕ੍ਰਿਕਟ ਨੂੰ ਸਪੋਰਟਸ ਨਹੀਂ ਮੰਨਦੇ ਸੀ ਤਾਂ ਕੈਪਟਨ ਸਾਹਿਬ ਕਹਿੰਦੇ ਮੇਰੇ ਤਾਂ ਗ੍ਰੈਂਡ ਫਾਦਰ ਕ੍ਰਿਕਟ ਖੇਡਦੇ ਰਹੇ ਨੇ ਉਹੀ ਤਾਂ ਕ੍ਰਿਕਟ ਨੂੰ ਲੈ ਕੇ ਆਏ ਨੇ ਇੱਥੇ ਅਤੇ ਸਪੋਰਟਸ ਨੂੰ ਮੰਨਾਂਗੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਕੰਮ ਬਣ ਸਕਦਾ ਤਾਂ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਕਿ ਇਹ ਕੇਸ ਨੂੰ ਕੰਸਿਡਰ ਕੀਤਾ ਜਾਵੇ ਥੋੜ੍ਹਾ ਦੱਸ ਦਿਓ ਜੀ ਇਸ ਤੋਂ ਬਾਅਦ ਕਿ ਉਹਨਾਂ ਨੇ ਕਿਹਾ ਕਿ ਅਗਲੀ ਕੈਬਨਿਟ ਦੇ ਵਿੱਚ ਇਹ ਕੇਸ ਲਿਆਵਾਂਗੇ ਆਹ ਲੈਟਰ ਹੈ ਜੀ ਰਿਹਾਇਸ਼ 'ਤੇ ਆਪਣੀ ਰਿਹਾਇਸ਼ 'ਤੇ ਉਹਨਾਂ ਨੇ ਮਿਲੇ ਅਤੇ ਤੱਥਾਂ ਦੀ ਘੋਖ ਕਰਕੇ ਤਸਦੀਕ ਸ਼ੁਦਾ ਕਾਪੀਆਂ ਸਰਕਾਰ ਨੂੰ ਭੇਜੀਆਂ ਜਾਣ ਇਹਨਾਂ ਨੂੰ ਇਹ ਕਿਹਾ ਗਿਆ ਕਿ ਅਗਲੀ ਕੈਬਨਿਟ ਦੇ ਵਿੱਚ ਲਿਆ ਕੇ ਅਤੇ ਇਹ ਐਲੀਜੀਬਲ ਜਿਹੜਾ ਕੇਸ ਹੈ ਇਹ ਤੁਹਾਡਾ ਹੋ ਜੂਗਾ ਕੰਮ ਚਾਹ ਚੜਿਆ ਪਰ ਕੈਪਟਨ ਸਾਹਿਬ ਬਦਲਦੇ ਨੌਕਰੀ ਦੇਣ ਵਾਲੀ ਬਦਲ ਗਿਆ ਚਲੋ ਕੋਈ ਗੱਲ ਨਹੀਂ ਚੰਨੀ ਸਾਹਿਬ ਬਣ ਗਏ ਸੀ ਹੋਰ ਵੀ ਜ਼ਿਆਦਾ ਚਾਹ ਚੜ ਗਿਆ ਹਲਕਾ ਉਹਨਾਂ ਦਾ ਪੈਂਦਾ ਹਲਕਾ ਪੈਂਦਾ ਉਹਨਾਂ ਦਾ ਤਾਂ ਉਹਨਾਂ ਕੋਲ ਗਏ ਚੰਨੀ ਸਾਹਿਬ ਕੋਲ ਉੱਥੇ ਐਸੇ ਜਗ੍ਹਾ 'ਤੇ ਸੀ ਆਹ ਜਿਹੜਾ ਕਮਰਾ ਹਾਂਜੀ ਇੱਥੇ ਮਿਲੇ ਤਾਂ ਇੱਥੇ ਕੇਸ ਪੜ੍ਹ ਕੇ ਸੁਣਾਇਆ ਹੁਸਨ ਲਾਲ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਹੁਸਨ ਲਾਲ ਨੇ ਪੜ੍ਹ ਕੇ ਸੁਣਾਇਆ ਜੀ ਪੇਪਰ ਹਾਂ ਵੀ ਆਹ ਕੇਸ ਹੈ ਜੀ ਚੰਨੀ ਸਾਹਿਬ ਕਹਿੰਦੇ ਵੀ ਕੰਮ ਤਾਂ ਬਣ ਸਕਦਾ ਹੈ ਤੁਹਾਡਾ ਕਹਿੰਦੇ ਵੀ ਫਿਰ ਕਰੋ ਜੀ ਸਰ ਕਹਿੰਦੇ ਵੀ ਨੌਕਰੀ ਤਾਂ ਬਣਦੀ ਹੈ ਤਾਂ ਅਗਲੀ ਕੈਬਨਿਟ 'ਚ ਅਸੀਂ ਲੈ ਆਵਾਂਗੇ ਇੱਥੋਂ ਮੋੜ ਆਉਂਦਾ ਇੱਕ ਵੱਡਾ ਫਿਰ ਉਹਨਾਂ ਨੇ ਕੀ ਕਿਹਾ ਜੀ ਉਹ ਕਹਿੰਦੇ ਵੀ ਦੱਸੋ ਜਸਿੰਦਰ ਆਰਾਮ ਨਾਲ ਬੋਲਦੇ ਆਰਾਮ ਨਾਲ ਉਹ ਕਹਿੰਦੇ ਵੀ ਐਲੀਜੀਬਲ ਹੈ ਅਤੇ ਕਿਹਨੂੰ ਮਿਲੋ ਇੱਧਰੋਂ ਆਰਾਮ ਨਾਲ ਬੋਲ ਮੈਨੂੰ ਕਿਹਾ ਗਿਆ ਵੀ ਮੇਰਾ ਨਾਮ ਲੈ ਪਹਿਲਾਂ ਤਾਂ ਬੁਲਾਇਆ ਗਿਆ ਜੀ ਇੱਕ ਮਿੰਟ ਆ ਗਿਆ ਸਰ ਪਲੀਜ਼ ਸੁਣ ਲਓ ਸਾਰਿਆਂ 'ਚ ਹੀ ਆਉਂਦਾ ਮੇਰਾ ਨਾਮ ਲੈ ਕੇ ਬੋਲਿਆ ਗਿਆ ਅੰਦਰੋਂ ਵੀ ਇੱਥੇ ਖੜ ਕੇ ਕੌਣ ਆ ਮੈਂ ਹੱਥ ਖੜਾ ਕੀਤਾ ਤਾਂ ਫਿਰ ਮੈਨੂੰ ਬਾਹਰ ਲੈ ਜਾ ਗਿਆ ਬਾਕੀ ਦੱਸਣਗੇ ਸੀਐਮ ਸਾਹਿਬ ਨੂੰ ਮੈਂ ਸਾਰਾ ਕੀ ਕਿਹਾ ਭਤੀਜੇ ਨੂੰ ਮਿਲ ਲਓ ਹਾਂਜੀ ਸਰ ਉਹ ਗੱਡੀ ਜਦੋਂ ਨਹੀਂ ਕਹਿੰਦੇ ਮੇਰੇ ਭਤੀਜੇ ਨੂੰ ਮਿਲ ਲਓ ਅਤੇ ਕੰਮ ਬਣ ਜਾਊਗਾ ਅਤੇ ਭਤੀਜੇ ਨੇ ਕਾਗਜ਼ ਦੇਖੇ ਭਤੀਜਾ ਸੀਗਾ ਕੌਣ ਨਾਂ ਸੀ ਉਹਦਾ ਜਸ਼ਨ ਸ਼ਾਇਦ ਜਸ਼ਨ ਸੀ ਸ਼ਾਇਦ ਨਾਂ ਉਹਦਾ ਉਹ ਕਹਿੰਦਾ ਵੀ ਤੁਹਾਡਾ ਕੰਮ ਬਣ ਜਾਊਗਾ ਆਈ ਸੀ ਆਈ ਕਿਹਾ ਸੀ ਬਿੱਟੂ ਜੀ ਆਈ ਕਿਹਾ ਸੀ ਵੀ ਇੰਨੇ ਲੱਗਣਗੇ ਇਹਨਾਂ ਨੂੰ ਹੋਰ ਚਾਹ ਚੜ ਗਿਆ ਇਹ ਤਾਂ ਕਹਿੰਦੇ ਜੀ ਹੁਣ ਲੈ ਆਉਣੇ ਤਾਂ ਇੱਥੋਂ 10-20 ਕਿਲੋਮੀਟਰ ਤਾਂ ਪਿੰਡ ਹੈ ਕਹਿੰਦੇ ਨਹੀਂ 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 ਕੋਈ ਨਹੀਂ ਤੁਸੀਂ ਟਾਈਮ ਲੈ ਲਓ ਪਰਸੋਂ ਨੂੰ ਮੀਟਿੰਗ ਹੋਊਗੀ ਫਿਰ ਕੈਬਨਿਟ ਦੀ ਨੈਕਸਟ ਮੀਟਿੰਗ ਪਰਸੋਂ ਕੈਬਨਿਟ ਦੀ ਨੈਕਸਟ ਮੀਟਿੰਗ ਪਰਸੋਂ ਉਦੋਂ ਤੱਕ ਤੁਸੀਂ ਅਰੇਂਜ ਕਰ ਲਓ ਇਹ ਕਹਿੰਦੇ ਵੀ ਤਾਂ ਗੱਲ ਹੀ ਕੋਈ ਨਹੀਂ ਸੀ ਚਲੋ ਕੋਈ ਨਹੀਂ ਪਰਸੋਂ ਨੂੰ ਮਿਲ ਲਾਂਗੇ ਪਰਸੋਂ ਨੂੰ ਆ ਗਏ ਜੀ ਤਾਂ ਉੱਥੇ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਉਹ ਕਹਿੰਦਾ ਆਓ ਜੀ ਫਿਰ ਗੱਡੀ ਚੱਲੀਏ ਤੁਹਾਡੀ ਨੌਕਰੀ ਦਾ ਟਾਈਮ ਆ ਗਿਆ ਗੱਡੀ ਇਹ ਕਹਿੰਦੇ ਗੱਡੀ ਤਾਂ ਬਹੁਤ ਦੂਰ ਖੜੀ ਹੈ ਇਹ ਸੀ ਨਾ ਵੀ ਕਹਿੰਦੇ ਹਿਸਾਬ ਕਿਤਾਬ ਫਿਰ ਕਿਤੇ ਕਰਾਂਗੇ ਕਹਿੰਦੇ ਇੱਥੇ ਕਰ ਲੈਂਦੇ ਐਡੀ ਕੁ ਦੂਰ ਖੜ ਜਾਣਾ ਕਹਿੰਦੇ ਨਹੀਂ ਫਿਰ ਜਿਹੜਾ ਹਿਸਾਬ ਕਿਤਾਬ ਹੈ ਕਹਿੰਦੇ ਮੇਰੀ ਜੇਬ 'ਚ ਹੀ ਹੈ ਉਹ ਹੈਰਾਨ ਹੋ ਗਿਆ ਵੀ ਐਂ ਵਾਲਾ ਕਿਤੇ ਜੇਬ 'ਚ ਹੀ ਆ ਜਾਂਦਾ ਹੁੰਦਾ ਇਹ ਕਹਿੰਦੇ ਮੇਰੀ ਜੇਬ 'ਚ ਹੀ ਹੈ ਜਦੋਂ ਇਹਨਾਂ ਨੇ ਦਿਖਾਇਆ ਆਮ ਸਧਾਰਨ ਘਰਾਂ ਲਈ ਤਾਂ ਜੀ ਉਹ ਵੀ ਬਹੁਤ ਜ਼ਿਆਦਾ ਹੈ ਇੱਥੇ ਲੋਕ ਠੀਕਰੀਆਂ ਨਹੀਂ ਗਿਣਦੇ ਇੰਨੀਆਂ ਜਿੰਨੀਆਂ ਉਹ ਕਹਿੰਦੇ ਸੀ ਇੰਨਾ ਕੁਛ ਵੀ ਨਹੀਂ ਹੁੰਦਾ ਤਾਂ ਇਹਨਾਂ ਨੇ ਜਦੋਂ ਦਿਖਾਇਆ ਉਹ ਕਹਿੰਦੇ ਵੀ ਖੜ ਜਾਓ ਇੱਥੇ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਸੀ ਐਮ ਸਾਹਿਬ ਨੂੰ ਦੱਸਿਆ ਚੰਨੀ ਸਾਹਿਬ ਨੂੰ ਚੰਨੀ ਸਾਹਿਬ ਬਾਹਰ ਆ ਕੇ ਇਹਨਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਮੁੰਡਾ ਓਲੰਪਿਕ ਉਹ ਇੱਥੇ ਮੈਂ ਅਸੀਂ ਖੜੇ ਸੀ ਕਾਫੀ ਹੋਰ ਖੜੇ ਸੀ ਮੇਰੇ ਦੋ ਤਿੰਨ ਦੋਸਤ ਵੀ ਆਏ ਇਹ ਵੀ ਨਾਲ ਖੜੇ ਸੀਗੇ ਇੱਥੇ ਬਾਹਰੋਂ ਆਏ ਇੱਕੋਦਮ ਵੀ ਤੇਰਾ ਮੁੰਡਾ ਬਹੁਤ ਓਲੰਪਿਕ ਖੇਡਿਆ ਗੋਲਡ ਮੈਡਲ ਜਿੱਤਿਆ ਖੇਡਿਆ ਤੈਨੂੰ ਮੈਂ ਨੌਕਰੀ ਦੇ ਦਵਾਂ ਮਤਲਬ ਨੌ ਕਾਫੀ ਕੁਛ ਬੋਲੇ ਉਹ ਅਸੀਂ ਠੰਡੇ ਹੋ ਗਏ ਮੈਂ ਇਸ ਚੀਜ਼ 'ਤੇ ਚੰਨੀ ਸਾਹਿਬ ਨੇ ਇਸ ਜਗ੍ਹਾ 'ਤੇ ਅਤੇ ਇਲਾਕੇ ਦੇ ਜਿਹੜੇ ਸਾਡੇ MLA ਸੀ ਉਹ ਵੀ ਕੋਲ ਖੜੇ ਸੀ ਬਲਵੀਰ ਸਿੰਘ ਸਿੱਧੂ ਤੁਸੀਂ ਸਾਰੇ ਜਿਹੜੇ ਉਹਨਾਂ ਨੂੰ ਪੁੱਛ ਲਓ ਕਿ ਇਹ ਘਟਨਾ ਹੋਈ ਸੀ ਜਾਂ ਨਹੀਂ ਹੋਈ ਸੀ ਉਹ ਨਾਲ ਸੀ ਉਦੋਂ ਜਦੋਂ ਉੱਠ ਕੇ ਆਏ ਬਾਹਰ
देखो मैं सीएम साहब ने सारा कुछ दसता। हाँ जी उस दसता जो जशन ने कह दो ये 2 लाख लेके आ गए। एक गल उदो किसी ने डिस्कलोज ता नहीं की भी साढ़े लिए तो देखो जी 3 सालों तो घस रहे थे भी आ की चीज है 2 सालों तो लगातार जी डिजर्व कर दिया जी पीपीएस जी मैं हूँ दूंगा पोस्ट तो है ना जी पीपीएससी स्पोर्ट्स कोटे चो पीपीएससी का जो क्लीयर्ड है उन जड़ी पोस्टा मिलनगिया असं स्पोर्ट्स डिपार्टमेंट से होम डिपार्टमेंट ना गल करा असी तो देवे पर 3.5 साल हो गए जी कि आ चीज साढ़े जिंदगी बर्बाद कर दोगी। चन्नी साहब ने जाके सहु खाधी सी हूँ भी प्लेयर पेश करो आ लो जी प्लेयर झूठ बोलते हैं ये परिवार भगतों का परिवार मनिया जाता है पिंडा जिन्हें कहते हैं भगत का परिवार रब न मन वाले सेवा करने वाले लोग ने दोहे टाइम सरबत का भला मंगने वाला परिवार है। इन्हों की पता सी भी आए का मतलब कोई होर होंगे वह कहता भी यदा मतलब 2 करोड़ गड्डी जाके साफ हो गए कहते मेरी जेब च है वह कहते जेब च आ ही नहीं सकता जो असं चाहते हैं। ठीक है जी जशन नाम का भतीजा कोई होगा चन्नी साहब मैं फिर मौका दे दिना जशन बारे पूछ लिया हूँ कौन है। हालांकि चन्नी साहब ने कहा मैं सारे रिश्तेदारों को पूछ लिया मतलब काम करते ना पूछने की लड़ कहीं पै जाए जो कोई यह हिम्मत की नहीं पै जाए भी मैं आप ही दे जवाब कि किसी रिश्तेदार की हिम्मत नहीं पै सकती कहते मैं पूछ लिया सारे ने भी तो तुझे तो नहीं थी प्लेयर वाले मामले ये तो मतलब होर मामले तो होंगे वो सो मैं सच बोलता जी मैं कोई माफिया नहीं क्रिएट करना ना ही मेरा इन्हों कोई पुराना कोई कोई मेरे इन्हों मुर्गी खाने सांझे ने मैं तो प्लेयर मेरे कितने मिले थे जसिंदर 19 तरीक असी जिथे स्टे टीम की रेडिसन ब्लू होटल सीगा उत्थे सर जान लगे सीगे मैं काफ़ी दूर खड़ा सीगा ते सर बह गए सीगे गड्डी च ते मैं इशारा किया सीगा मतलब एग्जैक्टली इदां किया सीगा ते सर भज के आ गए कल्ले ही ते उदों मैं सर तो कहा कि सर 2-4 मिनट चाहिए सीगे थोड़े मैं बेनती करनी सीगी एक ते फिर उदों सारा दस्या ते जो सर ने कहा मैं उवें ही दस्या ते सर ने अगे रखे। इस दौर दे विच चन्नी होना ने या जिन्हां ते एलिगेशन लाए सी किसी ने अप्रोच किया तुहानू शायद उन्होंने भी जानकारी जो होगी किसी ने किया सी किसे भी मामले च नौकरी देनी है जी वह बंदा अच्छा मैं उही नहीं कहता जी हुण मैं आ दिखाऊंगा ना तुसीं गृह विभाग दी चिट्ठियां देखो जिदे विच पुलिस दे होम डिपार्टमेंट भी कहिंदा है कि सीधी भर्ती लई 3% कोटा जिहड़ा नैक्सट भर्ती दे विच तुसी एलिजिबल फाइल साडी चल पई सी सारे कागज पए ने इहनां कोल सारे कागज तोड़ ली सी उहनां ने फाइल तुर पई सी डाकूमेंट्स ने सारे मिनिस्ट्री दे डाकूमेंट्स गृह मंत्रालय दे डाकूमेंट्स ने कि तुहानूं फिर उन्होंने नहीं कार्रवाई की उन्होंने रिमाइंडर भी किया कि काम करो पर इत्थे फंगा पै गया देखो ये जो थोड़े सामने बैठे हैं रिटर्न नहीं होंगे जो टीवी पर आके इन्होंने दसता मैं थोड़े सामने एक बार तस्दीक करा दिना कि जो मैं बोलिया जसिंदर तो उन्होंने पिता जी बैठे जो मैं बोलिया कोई अमेंडमेंट या कुछ गलत गल कही है जो सीएम साहब ने बोलिया इन बिन साड़ी आवाज बोली वो तो जी साडा काम है ना वो तो साडा काम है पर नॉट ओनली कार्रवाई डिजर्विंग प्लेयर नू नौकरी क्यों नहीं मिली इहदे वास्ते अफसरां हालांकि अफसरां तो दस्सिया इन्होंने कोई उन्होंने तो पढ़ के सुनाता सी एलिजिबल केस है जी प्रॉब्लम अफसरां दी नहीं हुंदी अफसर तो जो कहूगा वह कर देंदे ने प्रॉब्लम इतने भतीजे भाणजे जवाई भाई साले है ना उन्होंने पंगा पैंदा है हुण उहदे कोले कोई कंस्टीट्यूशन पोस्ट सी ऐ कहण वाले कोले पोस्ट दित्ती गई ना उन्होंने पहली गल तो जे नौकरी देनी सी एलिजिबल है भाई लिया भी हुसन लाल जी रिकमेंड करो अगली गवर्नमेंट च लैके खत्म करो उन्होंने मामला उन्हें उधर क्यों भेजा भी वो तो उधर मिल ला तो फिर उन्हें जिस दिन मिले तीजे दिन वो कहा कि गड्डी जाने वो की कहें इत ही कर लें आप साहब ਉਹ ਮੇਰੀ ਜੇਬ 'ਚ ਹੀ ਹੈ ਥੋੜ੍ਹਾ ਕਲੀਅਰ ਕਰ ਦਿਓ ਸੀਐਮ ਸਾਹਿਬ ਐਫ ਆਈ ਆਰ ਚੰਨੀ 'ਤੇ ਹੋਊ ਅਤੇ ਭਤੀਜੇ ਦੇ ਨਾਲ ਹੋਊ ਜਾਂ ਦੋਨਾਂ 'ਤੇ ਹੋਊ
ਤੁਸੀਂ ਤਾਂ ਹੁਣ ਜੇਲ੍ਹ ਵੀ ਕਲੀਅਰ ਕਰਾਉਣ ਕਰਦੇ ਹੋ, ਥੋੜ੍ਹਾ ਟਾਈਮ ਤਾਂ ਦਿਓ ਨਾ ਉਹਨਾਂ ਨੂੰ। ਪਹਿਲਾਂ ਆਹ ਤਾਂ ਕਲੀਅਰ ਕਰਤਾ ਨਾ, ਤੁਸੀਂ ਕਹਿੰਦੇ ਸੀ ਆਊਗਾ ਪਲੇਅਰ ਜਾਂ ਨਹੀਂ, ਕਾਊਂਟ ਡਾਊਨ ਸ਼ੁਰੂ, 27 ਮਿੰਟ 29 ਸੈਕਿੰਡ ਰਹਿ ਗਏ। ਮੈਂ ਇੱਦਾਂ ਨਹੀਂ ਕਰੀਦਾ ਹੁੰਦਾ, ਕਾਲ ਹੀ ਨਹੀਂ ਕਰੀਦੀ ਹੁੰਦੀ। ਮੈਂ ਪਹਿਲਾਂ ਵੀ ਕਹਿੰਦਾ ਆਰਾਮ ਨਾਲ ਅੰਦਰ ਜਾਣਗੇ, ਸਾਰੇ ਹੀ ਜਾਣਗੇ। ਪਰ ਮੈਂ ਆਪਣੇ ਵੱਲੋਂ 31 ਮਈ 2 ਵਜੇ ਦਾ ਟਾਈਮ ਤਾਂ ਦਿੱਤਾ ਸੀ, ਹੋ ਸਕਦਾ ਚੰਨੀ ਸਾਹਿਬ ਨੂੰ ਅਹਿਸਾਸ ਹੋ ਜੇ ਕਿਤੇ, ਐਂ ਕਹਿ ਦੇਣ ਹਾਂ ਯਾਰ ਭੀੜ 'ਚ ਮੈਥੋਂ ਕਿਤੇ ਕਿਹਾ ਗਿਆ ਹੋਣਾ। ਪਰ ਜਾ ਕੇ ਸਹੁੰ ਚੁੱਕ ਲਈ ਕਤਲਗੜ੍ਹ ਸਾਹਿਬ, ਅਤੇ ਜੇ ਮਾਫ਼ੀ ਮੰਗਣੀ ਹੈ, ਮੈਂ ਨਹੀਂ ਹੈਗਾ, ਮੈਂ ਕੌਣ ਮਾਫ਼ ਕਰਨ ਨਾਲ। ਮਾਫ਼ੀ ਉੱਥੋਂ ਹੀ ਮੰਗੋ ਗੁਰੂ ਦੇ ਦਰ 'ਚੋਂ, ਮਾਫ਼ੀ ਉੱਥੋਂ ਹੀ ਮੰਗੋ ਵੱਡੇ ਸਾਹਿਬ ਜਦੇ ਧਰਤੀ ਤੋਂ, ਜਿੱਥੇ ਤੁਸੀਂ ਜਾ ਕੇ ਸਹੁੰ ਚੁੱਕੀ ਹੈ ਕਿ ਮੈਂ ਕਿਸੇ ਖਿਡਾਰੀ ਨੂੰ ਨਹੀਂ ਮਿਲਿਆ। ਇੱਕ ਮਿੰਟ, ਮੈਂ ਕਿਸੇ ਖਿਡਾਰੀ ਨੂੰ ਜੋ ਉਹਦੇ ਬਾਪ ਨੂੰ ਨਹੀਂ ਮਿਲਿਆ। ਅੱਛਾ ਜੀ, ਤੁਹਾਨੂੰ ਕੌਣ ਲੱਗਦਾ ਜ਼ਿਲ੍ਹਾ ਸਿਵਲ ਹਸਪਤਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨੀਂਹ ਪੱਥਰ ਸਾਹਿਬਜ਼ਾਦਾ ਚਰਨਜੀਤ ਸਿੰਘ ਚੰਨੀ, ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸ਼੍ਰੀ ਓ ਪੀ ਸੋਨੀ, ਲਓ ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਬਲਵੀਰ ਸਿੰਘ ਸਿੱਧੂ MLA SAS ਨਗਰ ਦੀ ਹਾਜ਼ਰੀ 'ਚ ਮਿਤੀ 9/11/2021 ਨੂੰ ਆਪਣੇ ਘਰ ਕਮਲਾਂ ਨਾਲ ਕੀਤਾ ਗਿਆ ਹੈ। ਇਹ ਉੱਥੇ ਦੀ ਫੋਟੋ ਹੈ ਜੀ, ਸੋਨੀ ਸਾਹਿਬ ਦੀ ਵੀ ਨਾਲ ਹੀ ਹੈ। ਹਾਂਜੀ, ਸੋਨੀ ਸਾਹਿਬ ਦੀ ਵੀ ਨਾਲ ਫੋਟੋ ਵਿੱਚ, ਸੋਨੀ ਸਾਹਿਬ ਦੀ ਵੀ ਨਾਲ ਹੀ ਹੈ। ਇਹ ਕਿਸੇ ਨੇ ਖਿੱਚੀ ਹੈ ਜਰਨਲਿਸਟ, ਇਹ ਕਿਸੇ ਨੇ ਖਿੱਚੀ ਹੈ ਫੋਟੋ, ਕਿਉਂਕਿ ਸਾਡੀ 10 ਮਿੰਟ ਮੀਟਿੰਗ ਹੋਈ ਲਗਾਤਾਰ ਉੱਥੇ ਖੜ ਕੇ, ਪਹਿਲਾਂ ਵੀ ਹੋ ਚੁੱਕੀ ਸੀ ਜਿਹੜੀ ਸੁਣੀ ਗਈ ਹੈਗੀ ਆ। ਸਿੱਧੂ ਨੇ ਤਾਂ ਜਵਾਬ ਹੀ ਦਿੱਤਾ, ਕਹਿੰਦਾ ਮੇਥੋਂ ਤਾਂ ਹੋਣਾ ਨਹੀਂ ਕੰਮ। ਇਹ ਵੀ ਦੱਸਦੇ ਨੇ ਸੀਗੇ, ਬਲਵੀਰ ਸਿੱਧੂ ਨੂੰ ਕਹਿੰਦਾ ਸੀ ਭਰਾਵਾ ਇੱਧਰ ਹੀ ਸਿੱਧਾ ਕਰ ਲਓ, ਇਹਨਾਂ ਦੇ ਰੇਟ ਹੋਰ ਨੇ। ਉਹ ਸਿੱਧੂ ਸਾਹਿਬ ਨੇ ਹੱਥ ਖੜੇ ਕਰਤੇ, ਜਦੋਂ ਆਏ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਿਆ, ਜਦੋਂ ਮੇਰੀ ਨੌਨਸੈਂਸ ਟਾਕ ਕੀਤਾ ਉਹਨਾਂ ਨੇ ਆ ਕੇ, ਉਹ ਵੀ ਆ ਕੇ ਇੱਕ ਮਿੰਟ ਜੀ, ਉਹ ਵੀ ਹੈਰਾਨ ਹੋ ਗਏ ਵੀ ਇਹ ਹੋਇਆ ਕੀ ਹੈ। ਕੋਰੀਡੋਰ ਦੇ ਵਿੱਚ ਆ ਕੇ ਉੱਥੇ ਸਾਹਮਣੇ ਦੋ ਕਮਰੇ ਜਿਹੜੇ ਹੈਗੇ ਉਹਦੇ, ਇੱਥੇ ਆਏ ਸੀਗੇ ਜੀ। ਤੁਸੀਂ ਇਹਨਾਂ ਦੀ ਵੀ ਸ਼ੂਟਿੰਗ ਕਰਦੇ ਇੱਥੇ, ਘਟਨਾ ਵਾਲੀ ਸਥਾਨ ਵੀ ਦਿਖਾ ਦਿਓ। ਥੈਂਕ ਯੂ ਵੈਰੀ ਮੱਚ।